ਸਤਿ ਸ਼੍ਰੀ ਅਕਾਲ ਪੰਜਾਬ ਤੱਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਮਨਜੀਤ ਸਹਿਗਲ ਅੱਜ ਗੱਲ ਕਰਾਂਗੇ ਦਲਿਤ ਭਾਈਚਾਰੇ ਦੇ ਬਾਰੇ ਕਿਉਂ ਪੰਜਾਬ 'ਚ 32% ਜਨਸੰਖਿਆ ਹੁੰਦੇ ਹੋਇਆਂ ਵੀ ਦਲਿਤ ਭਾਈਚਾਰਾ ਕਿਉਂ ਹਾਸ਼ੀਏ 'ਤੇ ਹੈ ਕਿਉਂ ਅਤਿਆਚਾਰ ਉਹਨਾਂ ਦੇ ਖਿਲਾਫ਼ ਵੱਧ ਰਹੇ ਨੇ ਅਤੇ ਆਹ ਬੁਲੇਟਿਨ ਦੀ ਸ਼ੁਰੂਆਤ ਕਰਦਿਆਂ ਹੁਸ਼ਿਆਰਪੁਰ ਦੇ ਦਿਲ ਦਹਿਲਾਉਣੇ ਵਾਲੀ ਘਟਨਾ ਨੂੰ ਲੈ ਕੇ ਸਾਨੂੰ ਪਤਾ ਹੈ 6 ਸਾਲ ਦੀ ਇੱਕ ਦਲਿਤ ਬੱਚੀ ਦਾ ਨਾ ਕੇਵਲ ਰੇਪ ਕੀਤਾ ਗਿਆ ਉਹਦਾ ਬਲਾਤਕਾਰ ਹੋਇਆ ਬਲਕਿ ਉਹਨੂੰ ਜ਼ਿੰਦਾ ਵੀ ਜਲਾ ਦਿੱਤਾ ਗਿਆ ਇਸ ਘਟਨਾ ਨੇ ਨਾ ਕੇਵਲ ਸਾਰੇ ਪੰਜਾਬ ਨੂੰ ਬਲਕਿ ਸਮੁੱਚੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ ਹਾਲਾਂਕਿ ਪੁਲਿਸ ਨੇ 21 ਸਾਲਾ ਆਰੋਪੀ ਅਤੇ ਉਹਦੇ 85 ਸਾਲ ਦੇ ਦਾਦੇ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦਾ ਇੰਟੈਰੋਗੇਸ਼ਨ ਚੱਲ ਰਿਹਾ ਅਤੇ ਗੱਲ ਕਰੀਏ ਦਲਿਤ ਐਟਰੋਸਿਟੀਜ਼ ਦੀ ਅਤਿਆਚਾਰ ਦੀ ਅਤੇ ਪੰਜਾਬ 'ਚ ਇਹ ਕੋਈ ਨਵੀਂ ਗੱਲ ਨਹੀਂ ਹੈ ਇਸੇ ਮਹੀਨੇ 8 ਤਰੀਕ ਨੂੰ 8 ਅਕਤੂਬਰ ਨੂੰ ਫਾਜ਼ਿਲਕਾ 'ਚ ਇੱਕ ਦਲਿਤ ਯੁਵਕ ਨੂੰ ਕਥਿਤ ਤੌਰ 'ਤੇ ਨਾ ਕੇਵਲ ਬੇਰਹਿਮੀ ਨਾਲ ਕੁੱਟਿਆ ਗਿਆ ਸੀ ਮਾਰਪੀਟ ਹੋਈ ਉਹਦੀ ਬਲਕਿ ਉਹਨੂੰ ਕਥਿਤ ਤੌਰ 'ਤੇ ਪਿਸ਼ਾਬ ਪਿਲਾਉਣੇ ਜਾਂ ਪੀਣੇ ਲਈ ਵੀ ਮਜਬੂਰ ਕੀਤਾ ਗਿਆ ਅਤੇ ਪੰਜਾਬ 'ਚ ਦਲਿਤ ਅਤਿਆਚਾਰ ਦੇ ਜਿਹੜੇ ਮਾਮਲੇ ਹੈ ਲਗਾਤਾਰ ਸਾਹਮਣੇ ਆ ਰਹੇ ਨੇ ਕੀ ਕਾਰਨ ਨੇ ਇਹਦੇ 'ਚ ਆਪਾਂ ਵਿਸਤਾਰ 'ਚ ਚਰਚਾ ਕਰਾਂਗੇ ਆਓ ਪਹਿਲੇ ਦਲਿਤ ਭਾਈਚਾਰੇ ਦੀ ਗੱਲ ਕਰੀਏ ਕਿਉਂ 32% ਜਨਸੰਖਿਆ ਹੁੰਦੇ ਹੋਇਆਂ ਵੀ ਯਾਨੀ 1/3 ਪਾਪੂਲੇਸ਼ਨ ਹੁੰਦੇ ਹੋਇਆਂ ਵੀ ਦਲਿਤ ਆਖਿਰ ਹਾਸ਼ੀਏ 'ਚ ਕਿਉਂ ਹੈ ਕਿਉਂ ਉਹਨਾਂ 'ਤੇ ਲਗਾਤਾਰ ਅਤਿਆਚਾਰ ਹੋ ਰਹੇ ਨੇ ਕੀ ਕਾਰਨ ਨੇ ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਜ਼ਮੀਨ ਦੀ ਪੰਜਾਬ ਦੇ ਜਿਹੜੇ ਦਲਿਤ ਹੈ ਉਹ ਛੋਟੇ ਮੋਟੇ ਕੰਮਕਾਰ ਕਰਦੇ ਨੇ ਜ਼ਿਆਦਾਤਰ ਕਾਸ਼ਤਕਾਰੀ 'ਚ ਲੱਗੇ ਹੋਏ ਨੇ ਖੇਤੀਬਾੜੀ ਕਰਦੇ ਹਨ ਉਹਨਾਂ ਦਾ ਲੇਕਿਨ ਤੁਹਾਨੂੰ ਹੈਰਾਨੀ ਹੋਏਗੀ ਕਿ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਦਲਿਤ ਉਹਦੇ ਮਾਲਿਕ ਨਹੀਂ ਸਿਰਫ 3.5% ਜਿਹੜੇ ਦਲਿਤ ਨੇ ਉਹਨਾਂ ਕੋਲ ਕਾਸ਼ਤਕਾਰੀ ਵਾਲੀ ਜ਼ਮੀਨ ਹੈ ਬਾਕੀ ਲੋਕ ਜ਼ਮੀਨ ਦੇ ਮਾਲਿਕ ਨਹੀਂ ਜ਼ਮੀਨ ਦੇ ਮਜ਼ਦੂਰ ਬਣ ਕੇ ਕੰਮ ਕਰਦੇ ਹੈ ਅਤੇ ਲੈਂਡ ਸੀਲਿੰਗਸ ਦੀ ਗੱਲ ਕਰੀਏ ਯਾਨੀ ਕਿ ਸਾਈਜ਼ ਆਫ ਹੋਲਡਿੰਗਸ ਦੀ ਗੱਲ ਕਰੀਏ ਅਤੇ ਦਲਿਤਾਂ ਕੋਲ ਜਿਹੜੀ ਵੀ ਹੈਗੀ ਉਹ ਬਹੁਤ ਛੋਟੇ ਸਾਈਜ਼ ਦੀ ਹੈ ਜੇ ਜਿਹੜੇ ਵੱਡੇ ਵੱਡੇ ਖੇਤ ਨਹੀਂ ਖੇਤ ਹੈਗੇ ਉਹ ਜਿਹੜੇ ਵੱਡੇ ਜ਼ਿੰਮੀਦਾਰ ਨੇ ਅਪਰ ਕਾਸਟ ਉਹ ਉਹਨਾਂ ਦੇ ਮਾਲਿਕ ਸਨ ਅਤੇ ਸਰਕਾਰ ਨੇ ਕਈ ਕੋਸ਼ਿਸ਼ਾਂ ਕੀਤੀਆਂ ਲੇਕਿਨ ਦਲਿਤਾਂ ਨੂੰ ਕਾਸ਼ਤਕਾਰੀ ਵਾਲੀ ਜ਼ਮੀਨ ਦੇ ਮਾਲਿਕ ਨਹੀਂ ਬਣਾਇਆ ਜਾ ਸਕਿਆ 3.5% ਜਿਹੜਾ ਸਾਡਾ ਨੈਸ਼ਨਲ ਐਵਰੇਜ ਹੈ ਉਹ 8.6% ਹੈ ਯਾਨੀ ਕਿ ਉਹ ਤੋਂ ਬਹੁਤ ਘੱਟ ਹੈ ਅੱਧੇ ਤੋਂ ਵੀ ਥੱਲੇ ਆ ਤਾਂ ਇਹ ਸਥਿਤੀ ਹੈ ਪੰਜਾਬ ਦੇ ਦਲਿਤ ਕਾਸ਼ਤਕਾਰਾਂ ਦੀ ਅਤੇ ਉਹਦੇ ਬਾਅਦ ਗੱਲ ਕਰੀਏ ਅਤਿਆਚਾਰਾਂ ਦੀ ਤਾਂ 2018-19 ਦੇ ਦੌਰਾਨ 5088 ਜਿਹੜੇ ਮਾਮਲੇ ਸੀ ਰੇਪ ਦੇ ਉਹ ਸਾਹਮਣੇ ਆਏ ਸੀ ਉਹਨਾਂ ਤੋਂ ਜ਼ਿਆਦਾਤਰ ਸਾਨੂੰ ਪਤਾ ਹੈ ਕਿ ਉਹ ਦਲਿਤ ਗਰਲਸ ਦਲਿਤ ਯੁਵਤੀਆਂ ਹੁੰਦੀਆਂ ਨੇ ਅਤੇ ਕਨਵਿਕਸ਼ਨ ਦੇ ਰੇਟ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਕਨਵਿਕਸ਼ਨ ਰੇਟ ਹੈ ਯਾਨੀ ਕਿ ਜਿਤਨੇ ਫੀਸਦੀ ਆਰੋਪੀ ਹੈ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਹ ਸਿਰਫ 30% ਹੈ ਬਾਕੀ ਦੇ ਜਿਹੜੇ 70% ਕੇਸਿਸ ਨੇ ਉਹ ਜਾਂ ਤਾਂ ਇਨਫਲੂਐਂਸ ਦੇ ਚਲਦਿਆਂ ਪ੍ਰਭਾਵ ਦੇ ਚਲਦਿਆਂ ਉਹ ਅੱਗੇ ਨਹੀਂ ਵੱਧਦੇ ਉਹਨਾਂ 'ਚ ਜਾਂਚ ਨਹੀਂ ਹੁੰਦੀ ਦਬੇ ਰਹਿੰਦੇ ਜਾਂ ਫਿਰ ਜਿਹੜੀ ਵਿਕਟਿਮਸ ਗਰਲਸ ਹੁੰਦੀਆਂ ਜਾਂ ਲੇਡੀਜ਼ ਉਹ ਇਨਸਾਫ ਲਈ ਦਰ ਦਰ ਪਟਕਣੇ ਨੂੰ ਮਜਬੂਰ ਹੋ ਜਾਂਦੀਆਂ ਨੇ ਅਤੇ ਐਸੀ ਪੰਜਾਬ 'ਚ ਲਗਾਤਾਰ ਵੱਧ ਰਹੇ ਦਲਿਤ ਅਪਰਾਧਾਂ ਦੀ ਇੱਕ ਪ੍ਰਸੈਂਟੇਜ ਅਤੇ ਜਿਹੜੀ ਅਪੋਜੀਸ਼ਨ ਹੈ ਉਹਨੇ ਹੁਣ ਸਵਾਲ ਚੁੱਕਿਆ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮੰਗਿਆ ਉਹਨਾਂ ਦਾ ਆਰੋਪ ਹੈ ਕਿ ਭਾਵੇਂ ਬਾਦਲ ਸਾਹਿਬ ਦੀ ਸਰਕਾਰ ਹੋਏ ਜਾਂ ਫਿਰ ਕੈਪਟਨ ਸਾਹਿਬ ਦੀ ਦਲਿਤ ਜਿਹੜਾ ਭਾਈਚਾਰਾ ਹੈ ਉਹਦੇ ਖਿਲਾਫ਼ ਲਗਾਤਾਰ ਅਪਰਾਧ ਹੋ ਰਹੇ ਨੇ ਉਹਨਾਂ ਦਾ ਅਤਿਆਚਾਰ ਹੋ ਰਿਹਾ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਅਤੇ ਗੱਲ ਕਰੀਏ ਦਲਿਤ ਜਿਹੜੀ ਕਮਿਊਨਿਟੀ ਹੈ ਜਿਹੜਾ ਭਾਈਚਾਰਾ ਹੈ ਉਹਦਾ ਸ਼ੋਸ਼ਣ ਕਿਉਂ ਹੋ ਰਿਹਾ ਕਿਹਨਾਂ 'ਚ ਆਰੋਪ ਲੱਗ ਰਹੇ ਨੇ ਦਲਿਤ ਜਿਹੜੇ ਲੀਡਰ ਨੇ ਉਹਨਾਂ ਦੀ ਗੱਲ ਕਰੀਏ ਅਤੇ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਉੱਪਰ ਇੱਕ ਬੜਾ ਸੀਰੀਅਸ ਇਲਜ਼ਾਮ ਆ ਉਹ ਇਲਜ਼ਾਮ ਕੀ ਆ ਇਲਜ਼ਾਮ ਆ ਕਿ ਜਿਹੜਾ ਦਲਿਤ ਭਾਈਚਾਰੇ ਦੇ ਸਟੂਡੈਂਟਸ ਲਈ ਸੈਂਟਰ ਤੋਂ ਸਕੋਲਰਸ਼ਿਪ ਦੀ ਜਿਹੜੀ ਗ੍ਰਾਂਟ ਆਈ ਸੀ ਉਸ ਕਾਫਲੇ 'ਚ ਉਹ ਕਥਿਤ ਤੌਰ 'ਤੇ ਸ਼ਾਮਿਲ ਆ ਹਾਲਾਂਕਿ ਜਿਹੜਾ ਸਟੇਟ ਗਵਰਨਮੈਂਟ ਹੈ ਜਾਂ ਫਿਰ ਖੁਦ ਸਾਧੂ ਸਿੰਘ ਧਰਮਸੋਤ ਨੇ ਉਹਨਾਂ ਨੇ ਇਨ ਆਰੋਪਾਂ 'ਤੇ ਇਨਕਾਰ ਕੀਤਾ ਲੇਕਿਨ ਇਹ ਆਰੋਪ ਵੱਡੇ ਗੰਭੀਰ ਨੇ ਦਲਿਤ ਛਾਤਰਾਂ ਲਈ ਤਾਂ ਕਿ ਉਹਨਾਂ ਦੀ ਐਜੂਕੇਸ਼ਨ ਉਹਨਾਂ ਨੂੰ ਸੌਖੀ ਹੋਏ ਆਸਾਨ ਹੋਏ ਉਹ ਉਸ ਲਈ ਜਿਹੜਾ ਸੈਂਟਰ ਦੀ ਗ੍ਰਾਂਟ ਆਈ ਸੀ ਉਹਦੇ 'ਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ ਇਹ ਪਹਿਲੀ ਵਾਰ ਨਹੀਂ ਹੈ ਉੱਤੇ ਪਹਿਲੇ ਵੀ ਕਈ ਵਾਰ ਇਹ ਇਸ ਤਰ੍ਹਾਂ ਦੇ ਜਿਹੜੇ ਕਪਲੇ ਉਹ ਸਾਹਮਣੇ ਆ ਚੁੱਕੇ ਨੇ ਬਲਕਿ ਪਿਛਲੀ ਸਰਕਾਰ 'ਤੇ ਤੋਂ ਆਰੋਪ ਹੀ ਇਹ ਲੱਗਿਆ ਸੀ ਕਿ ਜਿਹੜੇ ਦਲਿਤ ਸਕੋਲਰਸ਼ਿਪ ਦੀ ਜਿਹੜੀ ਗ੍ਰਾਂਟ ਸੀ ਉਹਨੂੰ ਕਿਤੇ ਹੋਰ ਖਰਚ ਕੀਤਾ ਗਿਆ
आखिर पंजाब सरकारां दलितां लई इन्नी सीरियस क्यों नहीं आ? की कारण है? क्या दलित भाईचारा सिर्फ एक वोट बैंक आ? क्या जदों भी इलेक्शन आउंदे आ दलितां नूं कुछ प्रलोभन दे के कुछ लालच दे के अट्रैक्ट किया जाता है? आखिर दलित हासिए च क्यों ने? यह सोचने वाली गल है। दलितां नूं अगे लियाने वास्ते न केवल दलित लीडरां नूं मेन स्ट्रीम पोलिटिशियंस नूं बल्कि आप दलित कम्यूनिटी नूं भी अगे आना होएगा, उन्हां नूं यूनाइटेड रहना होएगा ते जिहड़े अत्याचार ने उन्हां नूं लेके आवाज़ बुलंद करनी होएगी, ता ही उन्हां दा जिहड़ा वजूद है वो बनया रहेगा। वरना शर्म वाली गल है कि 32% पापूलेशन होंदे होया भी दलित भाईचारा या फिर दलित कम्यूनिटी हासिए च है। और ये न केवल पंजाब जड़ी धरती जो गुरुआं दी धरती मानी जाती है उहदे लई शर्मसार है, शर्मसार करने वाली गल है, बल्कि समुचे नेशन नूं भी, राष्ट्र नूं भी, देश नूं भी जरूरत है दलित भाईचारे नूं प्रोटेक्ट किया जाए, उन्हां दे राइट्स नूं बचाया जाए ते उन्हां नूं अगे वधने लई प्रेरित किया जाए, उन्हां नूं इंस्पायर किया जाए। ते ऐसन अज दा बुलेटिन, अज दी डिस्कशन, तुहानूं ये डिस्कशन किवें च लगी सानूं जरूर दस्सिओ।